केपीडी न्यूज, हक सच और इंसाफ की आवाज। ਫਾਜ਼ਿਲਕਾ ਦੇ ਨੌਜਵਾਨ ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਜਿਨ੍ਹਾਂ ਦੇ ਪਿਤਾ ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਵੀ ਹਨ, ਉਹਨਾਂ ਦੀ ਅੱਜ ਫਾਜ਼ਿਲਕਾ ਸਿਟੀ ਵਿੱਚ ਤੈਨਾਤ SHO ਮੈਡਮ ਲਵਮੀਤ ਕੌਰ ਦੇ ਨਾਲ ਫੋਨ ਉੱਤੇ ਹੋਈ ਨੋਕ ਝੋਂਕ ਦੀ ਆਡੀਓ ਕਾਲ ਵਾਇਰਲ ਹੋ ਰਹੀ ਹੈ। ਇਸ ਆਡੀਓ ਕਾਲ ਵਿੱਚ ਵਿਧਾਇਕ ਦਵਿੰਦਰ ਸਿੰਘ ਘੁਬਾਇਆ SHO ਨੂੰ ਫੋਨ ਕਰਕੇ ਕਹਿ ਰਹੇ ਹਨ ਕਿ ਤੁਸੀਂ ਸਾਡੇ ਲੋਕਾਂ ਨੂੰ ਕਿਉਂ ਤੰਗ ਕਰ ਰਹੇ ਹੋ। ਤਾਂ SHO ਨੇ ਕਿਹਾ ਕਿ ਮੋਟਰਸਾਈਕਲ ਦੇ ਕਾਗਜ਼ਾਤ ਵਿਖਾਉਣ ਦੀ ਬਜਾਏ ਉਹ ਲੋਕ ਮੈਨੂੰ ਕਹਿ ਰਹੇ ਸਨ ਕਿ ਤੂੰ ਕੌਣ ਹੁੰਦੀ ਹੈ ਸਾਡੇ ਕਾਗਜ਼ਾਤ ਚੈੱਕ ਕਰਨ ਵਾਲੀ। ਤਾਂ ਵਿਧਾਇਕ ਕਹਿੰਦੇ ਹਨ ਕਿ ਤੂੰ SHO ਲੱਗੀ ਹੋਈ ਹੈ, ਕੋਈ ਰੱਬ ਨਹੀਂ। ਹੈਲੋ ਹੈਲੋ ਹਾਂਜੀ ਮੈਡਮ, MLA ਸਾਹਿਬ ਗੱਲ ਕਰਨਗੇ। ਹੈਲੋ ਹਾਂਜੀ ਸਰ। ਹਾਂਜੀ, ਤੁਸੀਂ ਆਪਣੇ ਬੰਦਿਆਂ ਨੂੰ ਇੱਥੇ ਤੰਗ ਕਰਨ ਲੱਗ ਗਏ, ਕੀ ਗੱਲ ਹੈ? ਸਰ ਮੈਂ ਉਹਨੂੰ ਬੜੇ ਪਿਆਰ ਨਾਲ ਕਿਹਾ ਮੈਂ ਡਾਕੂਮੈਂਟ ਦੇ ਦੇ, ਉੱਤੋਂ ਮੈਨੂੰ ਕਹਿੰਦਾ ਤੂੰ ਕੌਣ ਹੁੰਦੀ ਡਾਕੂਮੈਂਟ ਮੰਗਣ ਵਾਲੀ। ਸਰ ਮੈਂ SHO ਲੱਗੀ ਹਾਂ, ਕੋਈ ਇੱਥੇ ਬੇਇੱਜ਼ਤੀ ਕਰਵਾਉਣ ਵਾਸਤੇ ਲੱਗੀ ਹੋਈ ਕਿ ਸਰ ਡਾਕੂਮੈਂਟ ਲੱਗੀ? SHO ਲੱਗੀ, ਕੋਈ ਰੱਬ ਤਾਂ ਨਹੀਂ ਲੱਗੀ ਤੂੰ? ਸਰ ਪਰ ਮੈਂ ਗੱਲ ਹੈ ਸਰ, ਲੈਂਗੁਏਜ ਪਲੀਜ਼, ਮਾਈਂਡ ਯੂਰ ਲੈਂਗੁਏਜ। ਗੱਲ ਕਰਾਈ ਜਾਂਦਾ ਵੀ ਗੱਲ ਕਰ ਤੇ ਤੂੰ ਗੱਲ ਨਹੀਂ ਕਰਦੀ ਤੂੰ ਸਰ ਪਲੀਜ਼ ਸਰ ਆਪਣੀ ਲੈਂਗੁਏਜ ਯੂਜ਼ ਕਰੋ, ਉਸ ਤਰੀਕੇ ਨਾਲ ਗੱਲ ਕਰੋ। ਤੁਸੀਂ ਗੱਲ ਮੈਂ ਤਾਂ ਨਹੀਂ ਸਰ ਕਹਿ ਗੱਲ ਕਰਦੀ, ਫਿਰ ਮੈਨੂੰ ਉਸ ਤਰੀਕੇ ਨਾਲ ਗੱਲ ਕਰੋ। ਇਸ ਮਾਮਲੇ ਵਿੱਚ ਜਦੋਂ ਫਾਜ਼ਿਲਕਾ ਸਿਟੀ ਥਾਣਾ ਦੀ SHO ਲਵਮੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ 4 ਦਿਨ ਪਹਿਲਾਂ ਦੀ ਗੱਲ ਹੈ, ਇਹ ਫੋਨ ਆਇਆ ਸੀ, ਜੋ ਵੀ ਗੱਲਬਾਤ ਹੋਈ ਉਹ ਤੁਹਾਡੇ ਸਾਹਮਣੇ ਵਾਇਰਲ ਆਡੀਓ ਕਾਲ ਹੈ ਅਤੇ ਮੈਂ ਆਪਣੇ ਉੱਚ ਅਧਿਕਾਰੀਆਂ ਨੂੰ ਇਸ ਮਾਮਲੇ ਬਾਰੇ ਦੱਸ ਦਿੱਤਾ ਹੈ ਅਤੇ ਅੱਗੇ ਉਹ ਜੋ ਐਕਸ਼ਨ ਕਰਨਗੇ ਮੈਨੂੰ ਮਨਜ਼ੂਰ ਹੈ। ਇੱਕ ਆਡੀਓ ਵਾਇਰਲ ਹੋ ਰਹੀ ਹੈ, ਵਿਧਾਇਕ ਨਾਲ ਤੁਹਾਡੀ ਕੀ ਗੱਲ ਹੋਈ ਸੀ? ਸਰ ਉਹ ਵਿਦਆਊਟ ਨੰਬਰ ਬਾਈਕ ਦੇ ਚਲਾਨ ਨੂੰ ਲੈ ਕੇ ਹੋਇਆ ਸੀ ਮੈਟਰ, ਇਸ ਤੋਂ ਬਿਨਾਂ ਕੁਛ ਨਹੀਂ। ਕਿੱਥੋਂ ਦੀ ਗੱਲ ਹੈ, ਕਦੋਂ ਦੀ ਗੱਲ ਹੈ? ਇਹ 3-4 ਦਿਨ ਪਹਿਲਾਂ ਦੀ ਗੱਲ ਹੈ, ਸੰਜੀਵ ਚੌਂਕ ਚਲਾਨ ਦੀ ਹੈ, ਨਾਕਾ ਲਾਇਆ ਸੀ ਉੱਥੋਂ ਦੇ ਚਲਾਨ ਕੱਟਿਆ ਸੀ ਉਸ ਟਾਈਮ ਦੀ ਹੈ। ਅਤੇ ਕੀ ਉਹਨਾਂ ਵੱਲੋਂ ਜਿਹੜੀ ਸ਼ਬਦਾਵਲੀ ਵਰਤੀ ਗਈ ਤੁਹਾਡੀ? ਸਰ ਉਹ ਜੋ ਵੀ ਆਡੀਓ ਦੇ ਵਿੱਚ ਹੈ, ਇਸ ਤੋਂ ਇਲਾਵਾ ਪਹਿਲਾਂ ਕੋਈ ਪਰਸਨਲ ਸਾਡੇਸ਼ਨ ਨਹੀਂ ਹੋਇਆਗਾ, ਫਸਟ ਐਂਡ ਲਾਸਟ ਹੋਈ ਹੈ। ਕੀ ਜਿਸ ਤਰ੍ਹਾਂ ਦੀ ਉਹਨਾਂ ਨੇ ਵਰਡਿੰਗ ਵਰਤੀ ਗਈ ਹੈ, ਤੁਹਾਡੇ ਵੱਲੋਂ ਕੀ ਐਕਸ਼ਨ ਲਿਆ ਜਾਏਗਾ? ਸਰ ਕੁਛ ਨਹੀਂ, ਮੈਂ ਆਫਿਸਰਸ ਨੂੰ ਦੱਸਿਆ ਹੋਇਆ ਆਪਦਿਆਂ ਨੂੰ, ਉਹ ਜੋ ਕਹਿਣਗੇ ਉੱਦਾਂ ਹੀ ਹੋਊਗਾ, ਇਸ ਤੋਂ ਇਲਾਵਾ ਕੁਛ ਨਹੀਂ। ਇਸ ਮਾਮਲੇ ਬਾਰੇ ਜਦੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਮੰਨਿਆ ਕਿ ਇਹ ਘਟਨਾ ਹੋਈ ਸੀ ਅਤੇ ਉਹਨਾਂ ਨੇ ਇਹ ਵੀ ਮੰਨਿਆ ਕਿ ਉਹਨਾਂ ਨੇ SHO ਨੂੰ ਰੱਬ ਭਗਵਾਨ ਤਾਂ ਨਹੀਂ ਲੱਗੀ ਬੋਲਿਆ ਸੀ। ਉਹਨਾਂ ਦਾ ਐਟੀਟਿਊਡ ਹੀ ਅਜਿਹਾ ਸੀ ਕਿਉਂਕਿ ਉਹ ਸਾਡੇ ਬੰਦਿਆਂ ਨੂੰ ਤੰਗ ਕਰੇਗੀ ਤਾਂ ਅਸੀਂ ਅੱਗੇ ਵੀ ਐਕਸ਼ਨ ਲਵਾਂਗੇ। ਫਾਜ਼ਿਲਕਾ ਤੋਂ ਸੁਰਿੰਦਰਜੀਤ ਦੀ ਰਿਪੋਰਟ। ਹੈਲੋ ਹਾਂਜੀ ਹੈਲੋ ਹਾਂਜੀ ਹਾਂਜੀ ਘੁਬਾਇਆ ਸਾਹਿਬ, ਹਾਂਜੀ ਨਮਸਕਾਰ ਜੀ। ਨਮਸਕਾਰ ਸਰ। ਸਰ ਮੈਂ ਪੁੱਛਦਾ ਸੀ ਜਿਹੜੀ ਆਡੀਓ ਵਾਇਰਲ ਹੋ ਰਹੀ ਹੈ SHO ਨਾਲ ਤੁਹਾਡੀ ਹੋ ਰਹੀ ਬਹਿਸ ਵਾਲੀ, ਉਹ ਕੀ ਕਾਰਨ ਸੀਗਾ ਜੀ? ਕਾਰਨ ਕੁਛ ਨਹੀਂ ਜੀ, ਬਸ ਉਹ ਤਾਂ ਲੋਕਾਂ ਨਾਲ ਨਜਾਇਜ਼ ਤੰਗ ਕਰਦੀ ਤੇ ਫਿਰ ਲੋਕਾਂ ਦੇ ਨਾਲ ਤਾਂ ਸਾਨੂੰ ਖੜਨਾ ਹੀ ਪੈਂਦਾ ਜੀ, ਉਹਨਾਂ ਨੇ ਚੁਣਿਆ ਮੈਨੂੰ। ਜੀ 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 ਹਾਂ ਜੀ, ਕੋਈ ਨਜਾਇਜ਼ ਤੰਗ ਕਰੂਗਾ ਤਾਂ ਫਿਰ ਕੀ? ਉਦੋਂ ਮਾਮਲਾ ਕੀ ਸੀਗਾ ਜੀ ਜਦੋਂ ਮੋਟਰਸਾਈਕਲ
ਤੁਸੀਂ ਇਹ ਵਿੱਚ ਉਹ ਵੀ ਕਹਿ ਰਹੇ ਹੋ ਕਿ ਤੁਸੀਂ ਐਸ ਐਚ ਓ ਲੱਗੇ ਹੋ, ਰੱਬ ਤਾਂ ਨੀ ਲੱਗੇ? ਹਾਂ ਉਹ ਜਦੋਂ ਕਹਿ ਰਹੀ ਮੈਸ ਐਚ ਓ ਲੱਗੀ ਆ, ਲੋਕਾਂ ਨੂੰ ਇੰਨਾ ਬੋਲਣਾ ਚਾਹੀਦਾ, ਇਹ ਕਰਨਾ ਚਾਹੀਦਾ, ਉਹ ਕਰਨਾ ਚਾਹੀਦਾ, ਫਿਰ ਉਹ ਤਾਂ ਲੋਕਤੰਤਰ ਹੈ, ਇੱਥੇ ਲੋਕਾਂ ਨੇ ਤਾਂ ਬੋਲਣਾ ਹੀ ਹੈ, ਐਸ ਐਚ ਓ ਲੱਗੇ ਰੱਬ ਤਾਂ ਨੀ ਲੱਗੇ। ਜੀ ਜੀ, ਤੇ ਤੁਹਾਡੇ ਵੱਲੋਂ ਕੋਈ ਐਕਸ਼ਨ ਲਿਆ ਜਾਏਗਾ? देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज चैनल के पीडी न्यूज, हक सच और इंसाफ की आवाज़ आपको रखे सबसे आगे।